ਜਿਸ ਸਰਕਾਰ ਨੇ ਉਸ ਠੇਕੇਦਾਰ ਤੇ ਚਾਰ ਮੁਕਦਮੇ ਦਰਜ ਕੀਤੇ ਹੈਗੇ ਨੇ ਉਸੇ ਸਰਕਾਰ ਨੇ ਉਸੇ ਠੇਕੇਦਾਰ ਨੂੰ ਫਿਰ ਮਾਈਨਿੰਗ ਦੇ ਦਿੱਤੀ ਹੈ ਕੱਪੜਾ ਤੇ ਸਾਬਤ ਹੁੰਦਾ ਹੀ ਹੈ ਕਿ ਜਦੋਂ ਪਹਿਲਾਂ ਪਰਚੇ ਦਰਜ ਕੀਤੇ ਸੀ ਤਾਂ ਕੀ ਮਤਲਬ ਤੁਸੀਂ ਉਹ ਗਲਤੀ ਕੀਤੀ ਸੀ ਜਾਂ ਹੁਣ ਠੇਕੇ ਦੇ ਕੇ ਉਹਨੂੰ ਦੁਬਾਰਾ ਆਪਣੀ ਗਲਤੀ ਸੁਧਾਰ ਲਈ ਹੈ ਗੱਲ ਕਰਾਂਗੇ ਵਿਕਰਮ ਮਜੀਠੀਆ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਦੀ ਸੀਬੀਆਈ ਦੀ ਜਾਂਚ ਦੀ ਮੰਗ ਕਰ ਦਿੱਤੀ ਹੈ ਗੈਰ ਕਾਨੂੰਨੀ ਮਾਈਨਿੰਗ ਕਰਨ ਵਾਲਿਆਂ ਤੇ ਸ਼ਕੰਜਾ ਕਸਨ ਦੀਆਂ ਗੱਲਾਂ ਹੋ ਰਹੀਆਂ ਨੇ ਚਾਰ ਮੋਟੀਆਂ ਗੱਲਾਂ ਕਿ 400 ਕਰੋੜ ਰੁਪਏ ਦਾ ਕਪੜਾ ਭਗਵੰਤ ਮਾਨ ਨੂੰ ਜਵਾਬ ਦੇਣਾ ਚਾਹੀਦਾ ਉਹਨਾਂ ਨੇ ਸੀਬੀਆਈ ਦੀ ਮੰਗ ਕੀਤੀ ਕਾਲੀ ਦਲ ਨੇ ਭਗਵੰਤ ਮਾਨ ਨੂੰ ਜਵਾਬ ਦੇਣਾ ਚਾਹੀਦਾ ਸ੍ਰੋਮਨੀ ਕਾਲੀ ਦਲ ਦੇ ਲੀਡਰ ਵਿਕਰਮ ਸਿੰਘ ਮਜੀਠੀਆ ਨੇ ਇਲਜ਼ਾਮ ਲਗਾਏ ਨੇ ਉਹਨਾਂ ਇਲਜ਼ਾਮਾਂ ਦਾ ਸਰਕਾਰ ਨੂੰ ਜਵਾਬ ਦੇਣਾ ਚਾਹੀਦਾ ਇਹ ਨਹੀਂ ਉਹਨਾਂ ਕਿਹਾ ਮਾਦੀ ਪਾਰਟੀ ਵਾਲੇ ਵੀ ਸਵੇਰੇ ਉੱਠਣ 10-12 ਜਣੇ ਉਹ ਮਲਵਿੰਦਰ ਸਿੰਘ ਕੰਗ ਆਪਣੇ ਨਾਲ ਬਿਠਾ ਲੈਣ ਕਿ ਜੀ ਕਾਲੀ ਦਲ ਦੇ ਨਕਾਰੇ ਲੋਕ ਅਸੀਂ ਕੋਈ ਜਵਾਬ ਦੇਗੇ ਨਹੀਂ 400 ਕਰੋੜ ਰੁਪਏ ਦਾ ਉਹਨੇ ਘਪਲਾ ਗਣਾਇਆ ਜਦੋਂ ਤੁਹਾਡੇ ਰਾਗਵ ਚੱड्ढा ਸਾਹਿਬ ਨੇ ਜਾ ਕੇ ਕਾਂਗਰਸ ਸਰਕਾਰ ਕੋਲੇ ਉਸੇ ਖੱਡ ਦੇ ਜਾ ਕੇ ਕਿਹਾ ਸੀ ਕਿ ਬਹੁਤ ਵੱਡੇ ਪੱਧਰ ਤੇ ਮਾਈਨਿੰਗ ਹੋ ਰਹੀ ਆ ਕਿ ਪਹਿਲਾਂ ਉਹ ਠੇਕੇਦਾਰ ਕਾਂਗਰਸੀਆਂ ਦਾ ਯਾਰ ਸੀ ਤੇ ਹੁਣ ਤੁਹਾਡੀ ਸਰਕਾਰ ਦਾ ਯਾਰ ਬਣ ਗਿਆ ਪ੍ਰੋਗਰਾਮ 16 ਨੇ ਸਤਵੀਂ ਤੁਹਾਡਾ ਸਭ ਦਾ ਸਵਾਗਤ ਮੈਂ ਹਾਂ ਸੰਦੀਪ ਲਾਧੂ ਕਾ ਗੱਲ ਕਰਾਂਗੇ ਵਿਕਰਮ ਮਜੀਠੀਆ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਦੀ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਨੇ ਜੋ ਇਲਜ਼ਾਮ ਲਾਏ ਨੇ ਸੀਬੀਆਈ ਦੀ ਜਾਂਚ ਦੀ ਮੰਗ ਕਰ ਦਿੱਤੀ ਹੈ ਕਿਹੜੀ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ ਕਿਹੜੇ ਰੇਤ ਕਾਨੂੰਨੀ ਜਿਹੜੀ ਗੈਰ ਕਾਨੂੰਨੀ ਮਾਈਨਿੰਗ ਕਰਨ ਵਾਲਿਆਂ ਤੇ ਸ਼ਕੰਜਾ ਕਸਨ ਦੀਆਂ ਗੱਲਾਂ ਹੋ ਰਹੀਆਂ ਨੇ ਕਿਹਨਾਂ ਨੂੰ ਹੋਰ ਨਵਿਆ ਦਿੱਤਾ ਗਿਆ ਕਿਹਨਾਂ ਨੂੰ ਮਨਜ਼ੂਰੀਆਂ ਦੇ ਦਿੱਤੀਆਂ ਗਈਆਂ ਖੱਡਾ ਦੀਆਂ ਸਾਰੀਆਂ ਗੱਲਾਂ ਕਰਾਂਗੇ ਮੇਰੇ ਨਾਲ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੋਲਰ ਜੀ ਨੇ ਆ ਭੋਲਰ ਸਾਹਿਬ ਜਿਹੜੇ ਗੰਭੀਰ ਅਲੀਗੇਸ਼ਨ ਲੱਗੇ 400 ਕਰੋੜ ਰੁਪਏ ਤੱਕ ਦੀ ਗੱਲ ਕਹੀ ਗਈ ਹੈ ਕਿ ਕਿਤੇ ਨਾ ਕਿਤੇ ਘાળા ਮਾਲਾ ਹੋਇਆ ਸੀਬੀਆਈ ਦੀ ਜਾਂਚ ਹੋਵੇ ਕੀ ਲੱਗਦਾ ਹੈ ਕਿ ਜਿਹੜੀਆਂ ਗੱਲਾਂ ਉਠਾਈਆਂ ਗਈਆਂ ਨੇ ਕਿੰਨਾ ਕੋ ਵਜਨ ਹੈ ਉਹਨਾਂ ਗੱਲਾਂ 'ਚ ਬਿਲਕੁਲ ਸੰਦੀਪ ਚਾਰ ਮੋਟੀਆਂ ਗੱਲਾਂ ਕਿ 400 ਕਰੋੜ ਰੁਪਏ ਦਾ ਕਪੜਾ ਭਗਵੰਤ ਮਾਨ ਨੂੰ ਜਵਾਬ ਦੇਣਾ ਚਾਹੀਦਾ ਉਹਨਾਂ ਨੇ सीबीआई ਦੀ ਮੰਗ ਕੀਤੀ ਕਾਲੀ ਦਲ ਨੇ ਭਗਵੰਤ ਮਾਨ ਨੂੰ ਜਵਾਬ ਦੇਣਾ ਚਾਹੀਦਾ ਔਰ ਸਭ ਤੋਂ ਵੱਡੀ ਗੱਲ ਜਿਸ ਸਰਕਾਰ ਨੇ ਉਸ ਠੇਕੇਦਾਰ ਤੇ ਚਾਰ ਮੁਕਦਮੇ ਦਰਜ ਕੀਤੇ ਹੈਗੇ ਨੇ ਉਸੇ ਸਰਕਾਰ ਨੇ ਉਸੇ ਠੇਕੇਦਾਰ ਨੂੰ ਫਿਰ ਮਾਈਨਿੰਗ ਦੇ ਦਿੱਤੀ ਹੈ ਕਪੜਾ ਤੇ ਸਾਬਤ ਹੁੰਦਾ ਹੀ ਹੈ ਕਿ ਜਦੋਂ ਪਹਿਲਾਂ ਪਰਚੇ ਦਰਜ ਕੀਤੇ ਸੀ ਤਕੀ ਮਤਲਬ ਤੁਸੀਂ ਤਾਂ ਗਲਤੀ ਕੀਤੀ ਸੀ ਜਾਂ ਉਹ ਠੇਕੇ ਦੇ ਕੇ ਉਹਨੂੰ ਦੁਬਾਰਾ ਆਪਣੀ ਗਲਤੀ ਸੁਧਾਰ ਲਈਆ ਇਸ ਮਸਲੇ 'ਚ ਮੈਨੂੰ ਲੱਗਦਾ ਕਿ ਬਹੁਤ ਵੱਡਾ ਘਪਲਾ ਔਰ ਜਿਹੜਾ ਸ਼ਰੋਮਨੀ ਕਾਲੀ ਦਲ ਦੇ ਲੀਡਰ ਵਿਕਰਮ ਸਿੰਘ ਮਜੀਠੀ ਆ ਨੇ ਇਲਜ਼ਾਮ ਲਗਾਏ ਨੇ ਉਹਨਾਂ ਇਲਜ਼ਾਮਾਂ ਦਾ ਸਰਕਾਰ ਨੂੰ ਜਵਾਬ ਦੇਣਾ ਚਾਹੀਦਾ ਏ ਨਹੀਂ ਉਹਨਾਂ ਕਿਆ ਮਾਦੀ ਪਾਰਟੀ ਵਾਲੇ ਵੀ ਸਵੇਰੇ ਉੱਠਣ 10 12 ਜਣੇ ਉਹ ਮਲਵਿੰਦਰ ਸਿੰਘ ਕੰਗ ਆਪਣੇ ਨਾਲ ਬਿਠਾ ਲੈਣ ਜਾਂ ਐਮ ਐਲ ਏ ਬਿਠਾ ਲੈ ਕੇ ਜੀ ਕਾਲੀ ਦਲ ਦੇ ਨਕਾਰੇ ਲੋਕ ਅਸੀਂ ਕੋ ਜਵਾਬ ਦਈਏ ਨਹੀਂ 400 ਕਰੋੜ ਰੁਪਏ ਦਾ ਉਹਨੇ ਘਪਲਾ ਗਨਾਇਆ ਔਰ ਉਸ ਠੇਕੇਦਾਰ ਨੂੰ ਤੁਸੀਂ ਦੁਬਾਰਾ ਮਾਈਨਿੰਗ ਦੇ ਠੇਕੇ ਦਿੱਤੇ ਨੇ ਜਦੋਂ ਤੁਹਾਡੇ ਰਾਗਵ ਚੱਡਾ ਸਾਹਿਬ ਨੇ ਜਾ ਕੇ ਕਾਂਗਰਸ ਸਰਕਾਰ ਕੋਲੇ ਉਸੇ ਖੱਡ ਦੇ ਜਾ ਕੇ ਕਿਹਾ ਸੀ ਕਿ ਬਹੁਤ ਵੱਡੇ ਪੱਧਰ ਤੇ ਮਾਈਨਿੰਗ ਹੋ ਰਹੀ ਆ ਤੁਸੀਂ ਉਸ ਠੇਕੇਦਾਰ ਨੂੰ ਦੁਬਾਰਾ ਠੇਕੇ ਦਿੱਤੇ ਨੇ ਇਸ ਤੋਂ ਤਾਂ ਪਤਾ ਲੱਗਦਾਗਾ ਕਿ ਪਹਿਲਾਂ ਉਹ ਠੇਕੇਦਾਰ ਕਾਂਗਰਸੀਆਂ ਦਾ ਯਾਰ ਸੀ ਤੇ ਹੁਣ ਤੁਹਾਡੀ ਸਰਕਾਰ ਦਾ ਯਾਰ ਬਣ ਗਿਆ ਵਿਕਰਮ ਸਿੰਘ ਮਜੀਠੀਆ ਕਹਿ ਰਹੇ ਨੇ ਤੇ ਜਦੋਂ ਕੋਈ ਵੀ ਪਾਰਟੀ ਇਲਜ਼ਾਮ ਲਗਾਉਂਦੀ ਆ ਤੇ ਲਾਜ਼ਮੀ ਤੌਰ ਤੇ ਸਰਕਾਰ ਭੱਜ ਨਹੀਂ ਸਕਦੀ ਜਵਾਬ ਦੇਣਾ ਚਾਹੀਦਾ ਪਰ ਪਹਿਲਾਂ ਇਹ ਹੁੰਦਾ ਰਿਹਾ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਪੁੱਛਿਆ ਗਿਆ ਗੁਜਰਾਤ ਚੋਣਾਂ ਵਾਲੇ ਪ੍ਰਚਾਰ ਕਰ ਰਹੇ ਸਨ ਜਾਂ ਅੱਗੇ ਪਿੱਛੇ ਵੀ ਜਦੋਂ ਵਿਕਰਮ ਸਿੰਘ ਮਜੀਠੀਆ ਕੋਈ ਗੱਲ ਚੁੱਕਦੇ ਨੇ ਆਮ ਆਦਮੀ ਪਾਰਟੀ ਵਾਲੇ ਮੁੱਖ ਮੰਤਰੀ ਤੋਂ ਲੈ ਕੇ ਥੱਲੇ ਤੱਕ ਸਪੋਕਸਪਰਸਨ ਤੱਕ ਇਹ ਕਹਿ ਦਿੰਦੇ ਨੇ ਕਿੰਨਾ ਦੀ ਗੱਲ ਕਰਦੇ ਹੋ ਜਿਹੜੇ ਆਪ ਕਰਪਟ ਨਹੀਂ ਉਹ ਸਾਡੀ ਬਾਰੇ ਕੀ ਦੱਸਣਗੇ ਤੇ ਸਭ ਤੋਂ ਵੱਡੀ ਗੱਲ ਇਹਦਾ ਮਤਲਬ ਹੈ ਕਿ ਤੁਸੀਂ ਚੋਰ ਹੋ ਤੁਸੀਂ ਮਿਲੇ ਹੋਏ ਤੁਸੀਂ ਬੇਈਮਾਨ ਹੋ ਜੇ ਅਸੀਂ ਇਹ ਜੇ ਕੋਈ ਵਿਰੋਧੀ ਬੰਦਾ ਜੇ ਉਹਨਾਂ ਨੂੰ ਸੱਤਾ 'ਚੋਂ ਨਕਾਰ ਦਿੱਤਾ ਜਾਂਦਾ ਇਹਦਾ ਇਹ ਮਤਲਬ ਨਹੀਂ ਆਇਆਗਾ ਕਿ ਤੁਸੀਂ ਉਹਨਾਂ ਦੇ ਜਵਾਬ ਨਹੀਂ ਦੇਣਾ ਹੈਗਾ ਠੀਕ ਹੈ ਜਵਾਬ ਤਾਂ ਦੇਣਾ ਪਊਗਾ ਤੇ ਔਰ ਤੁਸੀਂ ਕਿਉਂ ਨਹੀਂ ਦਿੰਦੇ ਜੇ ਤੁਹਾਡੇ ਚ ਬੰਦਾ ਇਮਾਨਦਾਰ ਹੁੰਦਾ ਨਾ ਉਹ ਹੱਸ ਕੇ ਜਵਾਬ ਦਿੰਦਾ ਸਿਆਣੇ ਇਸੇ ਕਰਕੇ ਤੇ ਕਹਿਗੇ ਜਿਹਦੇ ਪੱਲੇ ਸੱਚ ਆ ਉਹ ਕੋਠੇ ਚੜ ਕੇ ਨੱਚ ਹੁਣ ਦੇ ਦੇ ਕਿ ਆਮ ਆਦਮੀ ਪਾਰਟੀ ਵਾਲੇ ਸੱਚ ਵਤ ਕੋਠੇ ਚੜ ਕੇ ਨੱਚਦੀ ਕਿ ਨਹੀਂ ਨੱਚਦੀ ਇਹ ਦੇਣਾ ਪਊਗਾ ਕਿਉਂਕਿ ਜਿਹੜਾ ਉਹਨਾਂ ਨੇ ਅੱਜ ਵਿਕਰਮ ਸਿੰਘ ਜੀਠਿਆ ਹੋਣੇ ਨੇ ਇਲਜ਼ਾਮ ਲਗਾਏ ਨੇ ਪ੍ਰੈਸ ਕਾਨਫਰੰਸ ਕੀਤੀ ਆ ਔਰ ਆਮ ਆਦੀ ਪਾਰਟੀ ਦੇ ਇਲਜ਼ਾਮ ਲੱਗੇ ਨਾਲ ਦੇ ਨਾਲ ਉਹ ਠੇਕੇਦਾਰ ਦਾ ਨਾਮ ਵੀ ਉਹਨੇ ਜ਼ਿਕਰ ਕੀਤਾ ਹੈਗਾ ਤੇ ਜੇ ਉਨ੍ਹਾਂ ਕੋ ਕੋ ਸਬੂਤ ਹੋਊਗਾ ਵਿਕਰਮ ਸਿੰਘ ਮਜੀਠੀਆ ਤੇ ਵਿਕਰਮ ਸਿੰਘ ਮਜੀਠੀਆ ਦੀ ਅਗਰ ਗੱਲ ਕੀਤੀ ਜਾਵੇ ਨਾ ਉਹ ਕੱਚੀਆਂ ਗੋਲੀਆਂ ਨਹੀਂ ਖੇਡਦਾ ਹੈਗਾ ਪੱਕੀਆਂ ਗੋਲੀਆਂ ਖੇਡਦਾ ਹੈਗਾ ਇਸ ਕਰਕੇ ਉਹਦੇ ਕੋ ਪੂਰੇ ਸਬੂਤ ਹੋਣੇ ਨੇ ਔਰ ਐਡੀਓ ਨਿਆਣੀ ਗੱਲ ਨਹੀਂ ਕਰਦਾ ਹੰਡਿਆ ਹੋਇਆ ਲੀਡਰ ਹੈਗਾ ਐਮਐਲਏ ਰਹਿ ਚੁੱਕਾ ਮੰਤਰੀ ਰਹਿ ਚੁੱਕਾ ਇਸ ਕਰਕੇ ਜਿਹੜੇ ਲੀਡਰ ਦੇ ਹਵਾ ਚ ਗੱਲਾਂ ਕਰਦੇ ਤੁਸੀਂ ਮੰਨ ਸਕਦੇ ਹੋ ਲੇਕਿਨ ਵਿਕਰਮ ਸਿੰਘ ਮਜੀਠੀਆ ਨੂੰ ਪਤਾ ਜੇ ਮੈਂ ਇਲਜ਼ਾਮ ਲਗਾ ਰਿਹਾ ਵਾਂ ਕੱਲ ਨੂੰ ਸਰਕਾਰ ਮੇਰੇ ਤੇ ਮਾਨਾ ਹਣੀ ਦਾ ਕੇਸ ਦਰਜ ਕਰ ਸਕਦੀ ਦੂਜੇ ਵੀ ਕਰ ਸਕਦੇ ਨੇ ਤੇ ਪੂਰੇ ਸਬੂਤਾਂ ਦੇ ਨਾਲ ਦਿੱਤਾ ਨੂੰ ਸਰਕਾਰ ਦੀ ਜਵਾਬ ਦੇਈ ਆ ਸਰਕਾਰ ਜਵਾਬ ਦਿੰਦੀ ਕਿ ਨਹੀਂ ਦਿੰਦੀ ਇਹ ਵੱਖਰੀ ਗੱਲ ਆ ਹੁਣ ਮਾਫੀਆ ਕੀੜੇ ਕਿਹੜੀ ਚੀਜ਼ ਐ ਮਾਫੀਆ ਦੀ ਗੱਲ ਹੋ ਰਹੀ ਆ ਵਾਰ-ਵਾਰ ਕਿਉਂਕਿ ਇਸ ਤੋਂ ਪਹਿਲਾਂ ਸਾਰਿਆਂ ਨੂੰ ਪਤਾ ਐ ਕਿ ਜਿਹੜੇ ਮਾਈਨਿੰਗ ਮੰਤਰੀ ਨੇ ਉਹ ਵੀ ਬਦਲ ਦਿੱਤੇ ਗਏ ਹਰਜੋਤ ਬੈਂਸ ਕੋਲ ਆਇਆ ਮਹਿਕਮਾ ਤੇ ਉਹਨਾਂ ਨੇ بڑے ਦਾਅਵੇ ਕੀਤੇ ਹੁਣ ਮੀਟਿੰਗ ਕਰ ਰਹੇ ਨੇ ਪਰ ਉਹ ਕਹਿੰਦੇ ਜਿਹੜਾ ਮਾਫੀਆ ਕਿੰਗ ਐ ਰੇਤ ਮਾਫੀਏਦਾਰ ਕੇਸ਼ ਚੌਧਰੀ ਨਾਮ ਦੱਸਿਆ ਜਾ ਰਿਹਾ ਕਿ ਉਸੇ ਤੋਂ ਹੀ ਠੇਕੇ ਜਿਹੜੇ ਵਾਪਸ ਜਾਏ ਉਹਨੂੰ ਹੋਰ ਵੀ ਇੱਕ ਅਸ਼ੋਕ ਨਾਮ ਵੀ ਜ਼ਿਕਰ ਕੀਤਾ ਜਾ ਰਿਹਾ ਹੈ ਇਹ ਸਾਰੀਆਂ ਜਿਹੜੀਆਂ ਗੱਲਾਂ ਕੀਤੀਆਂ ਗਈਆਂ ਤੁਹਾਨੂੰ ਕੀ ਲੱਗਦਾ ਕੀ ਆਧਾਰ ਬਣਾਇਆ ਗਿਆ ਹੋਵੇਗਾ ਕਿਵੇਂ ਸਬੂਤ ਇਕੱਠੇ ਕੀਤੇ ਹੋਣਗੇ ਕੁਝ ਕੱਢਣ ਪਾਉਣ ਨੂੰ ਵੀ ਨਿਕਲੇਗਾ ਜਾਂ ਫਿਰ ਸਿਰਫ ਇਹ ਇਲਜ਼ਾਮ ਰਹਿ ਜਾਏਗਾ ਨਹੀਂ ਇਲਜ਼ਾਮ ਨਹੀਂ ਇਹ ਇਲਜ਼ਾਮ ਨਹੀਂ ਇਹ ਸਚਾਈ ਲੱਗਦੀ ਹੈ ਕਿ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਜੇ ਤੁਹਾਡਾ ਮੰਤਰੀ ਚੰਗੇ ਕੰਮ ਕਰਦਾ ਸੀ ਮਾਈਨਿੰਗ ਨੂੰ ਲੈ ਕੇ ਦੋ ਬੰਦੇ ਬਦਲੇ ਮਾਈਨਿੰਗ ਦੇ ਵਿੱਚ ਹਰਜੋਤ ਸਿੰਘ ਬੈਂਸ ਕ੍ਰਿਸ਼ਨ ਕੁਮਾਰ IAS ਅਫਸਰ ਪ੍ਰਿੰਸੀਪਲ ਸੈਕਟਰੀ ਮਾਈਨਿੰਗ ਵਿਭਾਗ ਬਦਲੇ ਨੇ ਕਿਉਂ ਬਦਲੇ ਨੇ ਇਹ ਤੁਸੀਂ ਇਹ ਨਹੀਂ ਕਹਿੰਦੇ ਸਰਕਾਰ ਦਾ ਅਧਿਕਾਰ ਮਤਲਬ ਕੁਛ ਨਾ ਕੁਛ ਤੇ ਗੜਬੜੀ ਹੋਊਗੀ ਜਾਂ ਤੁਹਾਡੇ ਕਹਿੰਦੇ ਨਹੀਂ ਕੰਮ ਕਰ ਰਹੇ ਹੋ ਨੇ ਜਹਰਜੋਤ ਸਿੰਘ ਬੈਂਸ ਜਿਨ੍ਹਾਂ ਨੂੰ ਤੁਸੀਂ ਠੇਕੇ ਦਿੱਤੇ ਨੇ ਹੁਣ ਹਰਜੋਤ ਸਿੰਘ ਬੈਂਸ ਉਹਨਾਂ ਨੂੰ ਨਹੀਂ ਦੇਣਾ ਚਾਹੁੰਦਾ ਹੋਊਗਾ ਤਾਂ ਹੀ ਬਦਲਿਆ ਜਾਂ ਕਰਪਸ਼ਨ ਹੈ ਤੇ ਜਾਂ ਉਹ ਕਰਪਸ਼ਨ ਕਰਨ ਤੋਂ ਸਰ ਇਹਨੂੰ ਰੋਕ ਰਿਹਾ ਹੋਊਗਾ ਠੇਕੇਦਾਰ ਨੂੰ ਦੋ ਵਜਾ ਹੋ ਸਕਦੀਆਂ ਤੇ ਇਸ ਕਰਕੇ ਜਵਾਬ ਦੇਣਾ ਚਾਹੀਦਾ ਔਰ ਸਭ ਤੋਂ ਵੱਡੀ ਗੱਲ ਜਿਹੜਾ ਇਹ ਠੇਕੇਦਾਰ ਦਾ ਨਾਮ ਰਕੇਸ਼ ਚੌਧਰੀ ਤੇ ਅਸ਼ੋਕ ਚੰਡਕ ਇਹਨਾਂ ਦੇ ਇਸੇ ਸਰਕਾਰ ਨੇ ਮਾਈਨਿੰਗ ਦੇ ਠੇਕੇ ਰੱਦ ਕਰ ਤੇ ਹੁਣ ਨਿਊ ਕਿਵੇਂ ਕਰਤੇ ਹੈਗੇ ਇਹ ਆਪਣੇ ਆਪ 'ਚ ਵੱਡਾ ਸਵਾਲ ਔਰ ਇਸ ਤੇ ਚਾਰ ਪਰਚੇ ਦਰਜ ਕੀਤੇ ਨੇ ਰਕੇਸ਼ ਚੌਧਰੀ ਤੇ ਠੀਕ ਹੈ ਹਰਜੋਤ ਬੈਂਸ ਨੇ ਕੀਤੇ ਸੀ ਪਰਚੇ ਦਰਜ ਤੇ ਹੁਣ ਉਹ ਕਿਵੇਂ ਦੁੱਧ ਤੋਤਾ ਹੋ ਗਿਆ ਮਾਈਨਿੰਗ ਨੂੰ ਲੈ ਕੇ ਪਰਚੇ ਦਰਜ ਕੀਤੇ ਹਰਜੋਤ ਸਿੰਘ ਬੈਂਸ ਦਾ ਅੱਜ ਵੀ ਪ੍ਰੈਸ ਨੋਟ ਕੱਢ ਕੇ ਦੇਖ ਲਓ ਉਹਨੇ ਕਹੇ ਸੀ ਕਿ ਮਾਈਨਿੰਗ ਦਾ ਕਿੰਗ ਪਿੰਨ ਪਕੜਿਆ ਗਿਆ ਜਿਹੜਾ ਕਾਂਗਰਸੀਆਂ ਨਾਲ ਮਿਲਿਆ ਹੋਇਆ ਅੱਜ ਉਹ ਤੁਹਾਡਾ ਯਾਰ ਕਿਵੇਂ ਬਣ ਗਿਆ ਤੁਹਾਡੀ ਸਰਕਾਰ ਦਾ ਜਵਾਬ ਬਣ ਗਿਆ ਇਹੀ ਤੇ ਸ਼ਰੋਮਨੀ ਕਾਲੀਦਲ ਨੇ ਮਸਲਾ ਠਾਇਆ ਔਰ ਸਭ ਤੋਂ ਵੱਡੀ ਗੱਲ ਉਹਨੇ ਕਿਹਾ ਕਿ ਕਟੜ ਇਮਾਨਦਾਰ ਆਪਣੇ ਆਪ ਨੂੰ ਸਰਕਾਰ ਖਵਾਉਂਦੀ ਨਾ ਤੇ ਫਿਰ ਪੰਜਾਬ ਤੋਂ ਜਿਹੜਾ ਬਾਹਰੋਂ ਰੇਤਾ ਤੇ ਬਜਰੀ ਲੈ ਕੇ ਆਉਣ ਵਾਲੇ ਜਿਹੜੇ ਵਾਹਨ ਆ ਉਹਨਾਂ ਤੋਂ ਜਿਹੜੀ ਲਈ ਜਾਂਦੀ ਜਿਹੜੀ ਰਾਇਲਟੀ ਆ 400 ਕਰੋੜ ਰੁਪਏ ਹੋਇਆ ਕੁਟਾਲੇ ਦੇ ਉਹਨਾਂ ਕਹਿੰਦੇ ਕਿ ਸੀਬੀਏ ਦੀ ਜਾਂਚ ਹੋਣੀ ਚਾਹੀਦੀ ਹੈ ਜਾਂ ਫਿਰ ਹਾਈ ਕੋਰਟ ਜਾਂ ਸੁਪਰੀਮ ਕੋਰਟ ਦਾ ਜਿਹੜਾ ਸਰਵਿੰਗ ਜੱਜ ਆ ਉਹਦੀ ਮੋਨਿਟਰਿੰਗ ਦੀ ਦੇ ਵਿੱਚ ਜਾਂਚ ਹੋਣੀ ਚਾਹੀਦਾ ਔਰ ਇਹ ਸਭ ਤੋਂ ਵੱਡੀ ਗੱਲ ਹੈ ਇਹ ਵੱਡਾ ਸਵਾਲ ਔਰ ਇਹਨਾਂ ਵੀ ਇਹ ਕਹਿੰਦੇ ਕਿ ਸਭ ਤੋਂ ਵੱਡੀ ਗੱਲ ਹੈ ਕਿ ਉਹਨਾਂ ਕਹਿੰਦੇ ਕਿ ਇਹ ਜਿਹੜੀਆਂ ਰਸੀਦਾਂ ਵੀ ਦਿਖਾਈਆਂ ਉਹਨਾਂ ਨੇ ਕਿ ਸਰਕਾਰ ਵੱਲੋਂ 7 ਰੁਪਏ ਕਿਊਬਿਕ ਫੁੱਟ ਜਿਹੜੀ ਰਾਇਲਟੀ ਲੈਣ ਦਾ ਐਲਾਨ ਕਰਨ ਦੇ ਬਾਵਜੂਦ ਸਿਰਫ ਨਾ ਮਾਤਰ ਜਿਹੜੀਆਂ ਪੈਸੇ ਦੀਆਂ ਰਸੀਦਾਂ ਕੱਟੀਆਂ ਗਈਆਂ ਨੇ ਇਹ ਜਵਾਬ ਦੇਣ ਹੁਣ ਜਿਹੜੇ ਮੌਜੂਦਾ ਨਵੇਂ ਮੰਤਰੀ ਨੇ ਮੀਤਹਿਰ ਸਾਹਿਬ ਉਹਨਾਂ ਤੇ ਉਂਗਲ ਉੱਠੀ ਆ ਉਹ ਜਵਾਬ ਦੇਣ ਜਿਵੇਂ ਅੱਜ ਵਿਕਰਮ ਸਿੰਘ ਮਜੀਠੀਆ ਨੇ ਪ੍ਰੈਸ ਵਾਰਤਾ ਕੀਤੀ ਆ ਲੈ ਕੇ ਹੁਣ ਸਬੂਤ ਮੀਤਹਿਰ ਸਾਹਿਬ ਕੱਲ੍ਹ ਸਵੇਰੇ ਉਹ ਵੀ ਵੱਡੀ ਪ੍ਰੈਸ ਕਾਨਫਰੰਸ ਪਤਾ ਲੱਗ ਜੂ ਕੌਣ ਸੱਚਾ ਕੌਣ ਝੂਠਾ ਕੌਣ ਕਿਸੇ ਨੂੰ ਬਦਨਾਮ ਕਰ ਰਿਹਾ ਵਾ ਉਹ ਸਾਰੀ ਸਚਾਈ ਪਤਾ ਲੱਗ ਜੂ ਔਰ ਮੈਨੂੰ ਲੱਗਦਾ ਅਗਰ ਸਰਕਾਰ ਮੀਤ ਹੈ ਕਿਉਂਕਿ ਮੰਤਰੀ ਉਹ ਨੇ ਜੀ ਉਹ ਨਹੀਂ ਜਵਾਬ ਦਿੰਦੇ ਬੇਰਮਤਲ ਦਾਲ ਕਾਲੀ ਆ ਤੇ ਜੇ ਤੁਸੀਂ ਦਾਲ ਸਾਫ ਰੱਖਣੀ ਆ ਵੀ ਸਾਡੀ ਦਾਲ ਦੇ ਵਿੱਚ ਜੀ ਰੋੜ ਵੀ ਨਹੀਂ ਆ ਗਈ ਕਾਲੀ ਵੀ ਨਹੀਂ ਆ ਗਈ ਫਿਰ ਤੇ ਤੁਹਾਨੂੰ ਸਚਾਈ ਦੱਸਣੀ ਪੈਣੀ ਹੈਗੀ ਪੰਜਾਬ ਦੀ ਜਨਤਾ ਨੂੰ ਔਰ ਸੰਦੀਪ ਜਿਹੜਾ ਰੇਤਾ ਵਾਲਾ ਮਸਲਾ ਮੈਨੂੰ ਲੱਗਦਾ ਕਿ ਵੱਡੇ ਤੋਂ ਵੱਡੇ ਲੀਡਰ ਨੇ ਨਾ ਇੱਕ ਦਿਨ ਦੇ ਆਪਣੇ ਸਿਰ ਤੇ ਸਵਾਹ ਪਾਉਣੀ ਪੰਜਾਬ ਦੇ ਲੀਡਰਾਂ ਦੀ ਬਦਕਿਸਮਤੀ ਹੈ ਚਾਹੇ ਕਾਲੀ ਭਾਜਪਾ ਸਰਕਾਰ ਵੇਲੇ ਲਾ ਲੋ ਜਾਂ ਕਾਂਗਰਸ ਵੇਲੇ ਲਾ ਲੋ ਜਾਂ ਹੁਣ ਆਮ ਆਦਮੀ ਪਾਰਟੀ ਇੱਕ ਤੇ ਸਵਾਹ ਪੁਵਾਈ ਆ ਇੱਕ ਸਿਰ ਤੇ ਰੇਤਾ ਵੀ ਪੁਵਾਈ ਆ ਤੇ ਮਾਇਨਿਕ ਏਡਾ ਮਾੜਾ ਧੰਦਾ ਹੈ ਜਿੰਨੇ ਵੀ ਲੀਡਰਾਂ ਦੇ ਨਾਮ ਲੱਗੇ ਮਤਲਬ ਉਹ 100% ਉਹ ਲਿਬੜੇ ਨੇ ਉਹ ਸਾਰੀ ਉਮਰ ਚਾਹੇ ਕਿਸੇ ਨਦੀ ਚ ਨਾਉਣ ਚਾਹੇ ਗੰਗਾ ਚ ਨਾਉਣ ਚਾਹੇ ਦਰਿਆ ਚ ਨਾਉਣ ਚਾਹੇ ਕਈ ਮਨੋਤਾ ਪੂਰੀਆਂ ਕਰ ਲ ਉਹ ਦਾਗ ਨਹੀਂ ਧੋਤੇ ਜਾਣੇ ਅਗੇ ਜੀ ਇਸ ਮਸਲੇ ਦੇ ਵਿੱਚ ਹੁਣ ਸੰਭਾਵਨਾ ਕੀ ਹੈ ਕਿ ਸਰਕਾਰ ਦਾ ਲੱਗਦਾ ਹੈ ਇਸ ਤੇ ਪੱਖ ਰਵਈਆ ਜਿਹੜਾ ਸਾਰਥਕ ਹੋਏਗਾ ਜਾਂ ਫਿਰ ਗੱਲਾਂ ਨਾਲ ਟਾਲ ਦੇਣ ਦੀ ਸੰਭਾਵਨਾ ਹੈ ਜਿਹੜੇ ਸੰਦੀਪ ਜਿਹੜੇ ਫੈਕਟਸ ਦਿੱਤੇ ਆਗੇ ਨੇ ਉਹ ਕਹਿ ਰਹੇ ਨੇ ਕਿ ਚੌਧਰੀ ਦਾ ਮਹਾਲੀ ਤੇ ਰੋਪੜ ਜ਼ਿਲ੍ਹਿਆਂ ਵਿੱਚ ਰੇਤ ਮਾਈਨਿੰਗ ਦਾ ਠੇਕਾ ਪਿਛਲੇ ਸਾਲ 21 ਦਸੰਬਰ ਨੂੰ ਰੱਦ ਕੀਤਾ ਸੀ ਫਿਰ ਆ ਆਮ ਆਦੀ ਪਾਰਟੀ ਸਰਕਾਰ ਨੇ ਇਸੇ ਸਾਲ 27 ਜਨਵਰੀ ਉਹਨਾਂ ਜੋਨਾਂ ਦਾ ਠੇਕਾ ਫਿਰ ਉਹਨੂੰ ਮੁੜ ਦੇ ਦਿੱਤਾ ਹੈਗਾ ਜਾਂ ਦੇ ਲੈਣ ਦੇ ਦਾ ਮਸਲਾ ਕਿ ਜਿਹੜੇ ਬੰਦੇ ਦਾ ਉਹਨੇ ਕੀ ਪੇ ਹੇਰਾ ਫੇਰੀ ਕੀਤੀ ਕਿ ਰਾਤ ਠੇਕੇ ਰੱਦ ਕਰਦਾ ਫੇਰ ਦੇ ਦਿੱਤਾਗਾ ਔਰ ਸਭ ਤੋਂ ਵੱਡੀ ਗੱਲ ਹੈ ਕਿ ਰੋਪੜ ਜ਼ਿਲ੍ਹੇ ਵਿੱਚ ਹੀ ਜਿਹੜਾ ਚੌਧਰੀ ਆ ਉਹਦੇ ਖਿਲਾਫ 4 ਕੇਸ ਦਰਜ ਹੋਏ ਕਿ ਇਹ ਵੀ ਉਹਨਾਂ ਐਫਆਈਆਰ ਦਿੱਤੇ ਔਰ ਇਹ ਵੀ ਉਹਨਾਂ ਜ਼ਿਕਰ ਕੀਤਾ ਵਿਕਰਮ ਸਿੰਘ ਮਜੀਠੀਆ ਨੇ ਕਿ ਪੰਜਾਬ ਅਤੇ ਹਰਿਆਣਾ ਕੋਲ ਨੇ ਇੱਕ ਨੇਕ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਵੱਲੋਂ ਕੀਤੇ ਗਏ ਇੱਕ ਸਟਿੰਗ ਆਪਰੇਸ਼ਨ ਵਿੱਚ ਜਿਹੜਾ ਚੌਧਰੀ ਵੱਲੋਂ ਗੁੰਡਾ ਟੈਕਸ ਵਸੂਲੇ ਜਾਣ ਦੇ ਮਾਮਲੇ ਨੂੰ ਬੇਨਕਾਬ ਕੰਦੇ ਇਸ ਦੀ ਸੀਬੀਆਈ ਜਾਂਚ ਕਰਨ ਦੇ ਆਦੇਸ਼ ਦਿੱਤੇ ਸੀ ਫਿਰ ਵੀ ਤੁਸੀਂ ਉਸ ਬੰਦੇ ਨੂੰ ਟਿਕਾ ਦੇ ਦਿੱਤਾ ਹੈਗਾ ਤੇ ਇਹ ਤੇ ਸਭ ਤੋਂ ਵੱਡਾ ਸਵਾਲ ਹੈ ਕਿ ਇਹ ਮਸਲਾ ਹੁਣ ਜਨਤਕ ਆ ਇਸ ਮਸਲੇ ਸਰਕਾਰ ਨੂੰ ਇਹ ਪੜਤਾਲ ਵੀ ਕਰਾਉਣੀ ਚਾਹੀਦੀ ਆ ਔਰ ਨਿਰਪੱਖ ਹੋ ਕੇ ਦੱਸਣਾ ਚਾਹੀਦਾ ਲੋਕ ਕਾਇਲ ਆ ਭਗਵੰਤ ਮਾਨ ਦੇ ਕਿ ਯਾਰੇ ਬੰਦਾ ਇਮਾਨਦਾਰ ਆ ਪਿਛਲੇ ਲੁਟੇਰਿਆਂ ਨੂੰ ਫੜ ਰਿਆ ਤੇ ਜੇ ਭਗਵੰਤ ਮਾਨ ਦੇ ਮੰਤਰੀ ਉਹਨੂੰ ਬਦਨਾਮ ਕਰ ਰਹੇ ਨੇ ਤੇ ਭਗਵੰਤ ਮਾਨ ਦੀ ਵੀ ਉਨੀ ਬੰਦੀ ਜ਼ਿੰਮੇਵਾਰੀ ਕਿ ਕਿਹੜਾ ਉਹ ਬੰਦਾ ਕਿਹੜਾ ਸਰਕਾਰ ਦੇ ਵਿੱਚ ਕਾਲਾ ਭੇਡੂ ਆ ਜਿਹੜਾ ਮੈਨੂੰ ਬਦਨਾਮ ਕਰ ਰਿਆ ਤੇ ਇਸ ਮਸਲੇ ਜਿਹੜਾ ਵਿਕਰਮ ਸਿੰਘ ਮਜੀਠੀਆ ਉਹਨਾਂ ਨੇ ਇਲਜ਼ਾਮ ਲਗਾਏ ਨੇ ਉਹ ਸਭ ਤੋਂ ਵੱਡੀ ਗੱਲ ਹੈ ਕਿ ਉਹ ਜਵਾਬ ਦੇਣੇ ਚਾਹੀਦੇ ਉਹਨਾਂ ਇਹ ਵੀ ਜ਼ਿਕਰ ਕੀਤਾ ਹੈਗਾ ਕਿ ਮਹਾਲੀ ਵਿੱਚ ਗੈਰਕਾਨੂੰਨੀ ਮਾਈਨਿੰਗ ਲਈ ਰਕੇਸ਼ ਚੌਧਰੀ ਨੂੰ ਦਿੱਤੇ 26 ਕਰੋੜ ਰੁਪਏ ਦੀ ਗ੍ਰਹੀ ਦੇ ਨੋਟਿਸ ਨੂੰ ਰਿੱਕਾ ਬਣ ਦਿੱਤਾ ਅਤੇ ਨਾ ਹੀ ਇਨਫੋਰਸਮੈਂਟ ਡਾਇਰੈਕਟੋਰੇ ਦੇ ਸਵਾਲਾਂ ਜਿਨ੍ਹਾਂ ਵਿੱਚ ਪੁੱਛਿਆ ਗਿਆ ਸੀ ਕਿ ਉਸ ਦੇ ਖਿਲਾਫ ਫੌਜਦਾਰੀ ਕਿਉਂ ਨਹੀਂ ਕੀਤੀ ਗਈ ਇਹ ਵੀ ਉਹਨਾਂ ਨੇ ਜ਼ਿਕਰ ਕੀਤਾ ਹੈਗਾ ਇਹ ਸਾਰਾ ਮਾਈਨਿੰਗ ਦਾ ਜਿਹੜਾ ਮਸਲਾ ਹੈਗਾ ਇਹ ਬਹੁਤ ਵੱਡਾ ਕਿਉਂਕਿ ਇੱਕ ਪਾਸੇ ਉਹ ਕਹਿ ਰਹੇ ਸੀ ਕਿ ਜਦੋਂ ਅਰਵਿੰਦ ਕੇਜਰੀਵਾਲ ਸਾਹਿਬ ਆਏ ਸੀ ਚੋਣਾਂ ਦੇ ਵਿੱਚ ਉਹਨਾਂ ਨੇ ਪੈਸੇ ਇਦਾਂ ਗਿਣਾਏ ਸੀ ਕਿ ਜਿਵੇਂ ਨਾ ਬੰਦੇ ਰੋੜ ਰੋੜੇ ਇਕੱਠੇ ਕਰੀਦੇ ਅੱਜ ਕੱਲ ਦੇ ਰੋੜੇ ਵੀ ਇਕੱਠੇ ਨਹੀਂ ਹੁੰਦੇ ਕਿ 20000 ਕਰੋੜ ਰੁਪਈਆ ਮਾਈਨਿੰਗ ਚੋਂ ਇਕੱਠਾ ਕਰਾਂਗੇ 30000 ਕਰੋੜ ਰੁਪਈਆ ਸ਼ਰਾਬ ਚੋਂ ਇਕੱਠਾ ਕਰੇ ਮਤਲਬ 50000 ਕਰੋੜ ਰੁਪਈਆ ਤੇ ਸਾਲ ਹੋ ਗਿਆ ਕਰੀਬ 50000 ਕਰੋੜ ਰੁਪਈਆ ਕਿੱਥੇ ਆ ਜਾਂ ਤੇ ਕੇਜਰੀਵਾਲ ਸਾਹਿਬ 20000 ਕਰੋੜ ਰੁਪਈਆ ਦੱਸਣ ਕਿ ਉਹ ਗਿਆ ਕਿੱਥੇ ਉਹ ਕਹਿੰਦੇ ਕਿ ਮੈਂ ਇੱਕ ਤਿਆਰ ਬੇਕਾਰ ਮੈਂ ਬਾਣੀਆਂ ਦਾ ਮੁੰਡਾ ਮੈਨੂੰ ਪਤਾ ਪੈ ਹੈ ਕਿਵੇਂ ਇਕੱਠੇ ਕਰੀਦੇ ਹੈਗੇ ਤੇ ਇਹ 20000 ਕਰੋੜ ਉਹ ਕਹਿੰਦੇ ਸੀ ਤੇ ਮਤਲਬ ਪੰਜਾਬ ਸਰਕਾਰ ਨੇ ਇਕੱਠਾ ਕਿਉਂ ਨਹੀਂ ਕੀਤਾ ਸਰਕਾਰ ਕੋਲ ਜੇ 3-400 ਕਰੋੜ ਰੁਪਇਆ ਵੀ ਮਾਈਨਿੰਗ ਦਾ ਨਹੀਂ ਆਇਆ ਆਪਾਂ 400 ਕਰੋੜ ਰੁਪਇਆ ਵਿਕਰਮ ਸਿੰਘ ਮਜੀਠੀਆ ਕਹਿ ਰਹੇ ਨੇ ਕਿ ਗੜਬੜੀ ਹੋਈ ਆ ਤੇ 20000 ਕਰੋੜ ਚੋਂ 400 ਕਰੋੜ ਮਾਈਨਸ ਕੱਢ ਲਓ ਤੇ 19600 ਕਰੋੜ ਰੁਪਇਆ ਕਿੱਥੇ ਗਿਆ ਉਹ ਰਵਿੰਦ ਕੇਜਰੀਵਾਲ ਹਿਸਾਬ ਦੱਸਣ ਕਿ ਜਾਂ ਫਿਰ ਮਾਈਨਿੰਗ ਹੋਈ ਨਹੀਂ ਜੇ ਹੋਈ ਤੇ ਸਾਰੀ ਦੀ ਸਾਰੀ ਗੈਰਕਾਨੂੰਨੀ ਹੋਈ ਗਈ ਆ ਜਾਂ ਫਿਰ ਹਾਈ ਕੋਰਟ ਦੇ ਵਿੱਚ ਕੋਰ ਕਚੈਰੀਆਂ ਦੇ ਵਿੱਚ ਘੁੰਮਦੀ ਰਹੀ ਆ ਪੋਰਸੀ ਇਹ ਸਾਰੇ ਜਿਹੜੇ ਇਲਜ਼ਾਮ ਲੱਗੇ ਨੇ ਦੇਖੋ ਜੇ ਤੇ ਸਿਆਸਤ ਕਰਨੀ ਆ ਸਿਆਸਤ ਹੁੰਦੀ ਦੀ ਹਵਾ ਚ ਗੱਲਾਂ ਕਰਨੀ ਆ ਪੀ ਉਹ ਖਾ ਗਿਆ ਇਹ ਖਾ ਗਿਆ ਉਹਨਾਂ ਦੇ ਤੱਥਾਂ ਦੇ ਨਾਲ ਜਾਣਕ ਦਿੱਤੀ ਹੈ ਸਾਰੀ ਪ੍ਰੈਸ ਨੂੰ ਜਾਣਕਾਰੀ ਸਰਕਾਰ ਤੱਕ ਪਹੁੰਚਾਈ ਕਿਉਂਕਿ ਮੀਡੀਆ ਇੱਕ ਸਹਾਰਾ ਹੈ ਤੇ ਇਸ ਮਸਲੇ 'ਚ ਤੇ ਭਗਵੰਤ ਮਾਨ ਸਾਹਿਬ ਨੂੰ ਚਾਹੀਦਾ ਕਿ ਆਪਣੇ ਮੰਤਰੀਆਂ ਨੂੰ ਕਹਿਣ ਕਿ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਨੇ ਇਲਜ਼ਾਮ ਲਗਾਏ ਨੇ ਉਹਨਾਂ ਇਲਜ਼ਾਮਾਂ ਦਾ ਇੱਕ ਇੱਕ ਇਲਜ਼ਾਮ ਦਾ ਇੱਕ ਇੱਕ ਜਵਾਬ ਦੇਣ ਫਿਰ ਪਤਾ ਲੱਗ ਜੂਗਾ ਕਿ ਪੰਜਾਬ ਸਰਕਾਰ ਸੱਚੀ ਆ ਜਾਂ ਫਿਰ ਵਿਕਰਮ ਸਿੰਘ ਮਜੀਠੀਆ ਸਾਹਿਬ ਝੂਠੇ ਨੇ ਜਾਂ ਫਿਰ ਵਿਕਰਮ ਸਿੰਘ ਮਜੀਠੀਆ ਜਨਾਬ ਹੁਣੀ ਸੱਚੇ ਨੇ ਤੇ ਸਰਕਾਰ ਝੂਠ ਦਾ ਹਸਾਰਾ ਲੈ ਰਹੀ ਹੈ ਇਹ ਜਿਹੜੀ ਸਥਿਤੀ ਆ ਦੋਸ਼ ਨੇ ਇਲਜ਼ਾਮ ਨੇ ਇਹ ਸਪਸ਼ਟ ਹੋਣੀ ਚਾਹੀਦੀ ਪੰਜਾਬ ਦੀ ਜਨਤਾ 3 ਕਰੋੜ ਪੰਜਾਬੀਆਂ ਨੇ ਤਕਦੀਰ ਭਗਵੰਤ ਮਾਨ ਸਾਹਿਬ ਨੂੰ ਦਿੱਤੀ ਆ ਵੀ ਸਾਡਾ 5 ਸਾਲਾਂ ਦਾ ਭਵਿੱਖ ਭਗਵੰਤ ਮਾਨ ਸਾਡੇ ਕੋਲ ਆ ਤੇ ਜੇ ਪੰਜਾਬ ਦੇ ਲੋਕ ਆਪਣਾ ਭਵਿੱਖ ਇਸ ਕਰਕੇ ਉਹਨਾਂ ਦੇ ਵੋਟਾਂ ਨਹੀਂ ਪਈਆਂ ਸੀ ਕਿ ਜਿਵੇਂ ਪਿਛਲੇ ਲੁੱਟਦੇ ਰਹੇ ਨੇ ਤੇ ਤੁਹਾਡੇ ਅਫਸਰ ਵੀ ਤੇ ਤੁਹਾਡੇ ਮੰਤਰੀ ਵੀ ਲੁੱਟਦੇ ਰਹੇ ਦਲੇਰੀ ਦੇ ਨਾਲ ਇਸ ਲੈਣਾ ਜਵਾਬ ਦੇਣਾ ਚਾਹੀਦਾ ਹੈ ਇਹ ਕਹਿ ਕੇ ਅਗਰ ਤੁਸੀਂ ਟਾਲਦੇ ਹੋ ਕਿ ਜੀ ਸ਼੍ਰੋਮਣੀ ਕਾਲੀ ਦਲ ਦੇ ਲੀਡਰਾਂ ਦਾ ਸੀ ਕਿ ਜਵਾਬ ਦੇ ਉਹ ਲੋਕਾਂ ਨੇ ਨਕਾਰੇ ਹੋਇਆ ਸਵਾਲ ਉਹ ਨਹੀਂ ਆ ਸਵਾਲ ਹੈ ਕਿ ਤੁਹਾਡੀ ਨੀਅਤ ਦਾ ਸਵਾਲ ਆ ਤੁਹਾਡੀ ਨੀਤੀ ਦਾ ਸਵਾਲ ਹੈ ਤੇ ਜੇ ਤੁਹਾਡੀ ਨੀਤੀ ਤੇ ਨੀਅਤ ਦੇ ਵਿੱਚ ਕੋਈ ਫਰਕ ਨਹੀਂ ਹੈਗਾ ਫਿਰ ਜਿਹੜੇ ਮਰਜ਼ੀ ਇਲਜ਼ਾਮ ਲਗਾ ਲਓ ਤੁਹਾਨੂੰ ਪੰਜਾਬ ਦੀ ਜਨਤਾ ਨੂੰ ਸਪਸ਼ਟ ਕਰਨਾ ਚਾਹੀਦਾ ਉਮੀਦ ਕਰਦੇ ਆ ਕਿ ਸਰਕਾਰ ਇਸ ਦਾ ਜਵਾਬ ਦੇ ਦੇਵੇ ਜੀ ਬਹੁਤ ਸ਼ੁਕਰੀਆ ਪ੍ਰੋਗਰਾਮ 16 ਨੇ ਸਾੱਚ ਦੇ ਵਿੱਚ ਅਸੀਂ ਗੱਲ ਕੀਤੀ ਹੈ ਜੋ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਸਵਾਲ ਚੁੱਕੇ ਨੇ ਹੁਣ ਇਹਨਾਂ ਦਾ ਜਵਾਬ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਜਾਂ ਮਾਈਨਿੰਗ ਮੰਤਰੀ ਦੇ ਸਕਦੇ ਨੇ ਦੇਖਦੇ ਹਾਂ ਅੜੀ ਕਾ ਸਾਨੂੰ ਵੀ ਕਿ ਜਦੋਂ ਉਹ ਜਵਾਬ ਦਿੰਦੇ ਨੇ ਉਹ ਗੱਲਾਂ ਵੀ ਤੁਹਾਡੇ ਨਾਲ ਸਾਂਝੀਆਂ ਕਰੇ ਕਰੀਏ ਪਰ ਅੱਜ ਦੀ ਇਸ ਚਰਚਾ ਤੋਂ ਬਾਅਦ ਤੁਹਾਡੇ ਮਨ ਦੀ ਕੀ ਰਾਏ ਆ ਆਪਣੀ ਕਮੈਂਟ ਬਾਕਸ ਦੇ ਵਿੱਚ ਰਾਏ ਸਾਂਝੀ ਕਰਿਓ ਫਿਲਹਾਲ ਅੱਜ ਦੀ ਇਸ ਚਰਚਾ ਵਿੱਚ ਨਹੀ ਸਾਨੂੰ ਦੁਆਗਿਆ ਧੰਨਵਾਦ